ਨਾਂ ਲਿਖਵਾਈ ਸ਼ਾਲੂ ਦਾ ਵਿੱਚ ਇਹਦੇ ਕਿਉਂ ਬਾਈ ਯਾਰ ਇਹ ਕਿਸੇ ਲੋੜੀ ਨਹੀਂ ਮੰਨਦਾ ਮੈਨੂੰ ਐਂ ਲੱਗਦਾ ਇਹਨੂੰ ਚਾਹ ਨਾ ਪਿੰਡੀਆਂ ਦੇਣੀਆਂ ਪੈਣਗੀਆਂ ਭਾਈਆਂ ਤੂੰ ਸਾਡਾ ਇੰਨੀ ਕਿੱਜਤਾਂ ਰੱਖਣੀ ਪੈਣੀ ਆ ਤੈਨੂੰ ਮੇਰੀ ਬੇਨਤੀ ਆ ਅਸ਼ੋਕ ਚੰਡਕ ਜੀ ਨੂੰ ਹੱਥ ਬੰਨ ਕੇ ਜੋ ਗੰਗਾ ਨਗਰ ਕੇਸਰੀ ਦੇ ਮੈਂ ਪਹਿਲਵਾਨਾਂ ਦਾ ਨਾਮ ਬੋਲਿਆ ਉਹਦੇ ਵਿੱਚ ਸ਼ਾਲੂ ਲੜਨ ਤੋਂ ਇਨਕਾਰ ਕਰਦਾ ਮੇਰੀ ਤੁਹਾਡੇ ਅੱਗੇ ਗੁਜ਼ਾਰਿਸ਼ ਆ ਸ਼ਾਲੂ ਨੂੰ ਆ ਕੇ ਇਸ ਟਾਈਆਂ ਦੇ ਵਿੱਚ ਉਹਦਾ ਨਾਂ ਜਿਹੜਾ ਪਾਇਆ ਜਾਵੇ ਹੱਥ ਬੰਨ ਕੇ ਮੇਰੀ ਬੇਨਤੀ ਹੈ ਜਿਹੜੀ ਕਬੂਲ ਕਰੋ ਅਸ਼ੋਕ ਚੰਡਕ ਜੀ ਸਾਡੀ ਬੇਨਤੀ ਹੈ ਕੋਈ ਗੱਲ ਨਹੀਂ ਫਿਰ ਕੀ ਹੁਣ ਘਰੇ ਆ ਕੇ ਢਾ ਜਾਣਗੇ ਫਿਰ ਕੀ ਫਾਇਦਾ ਲੰਦਰ ਤਾਂ ਪੈਣੇ ਹੀ ਆ ਭਾਈ ਸ਼ਾਲੂ ਦਾ ਕਿਸ ਕਿਸਮ ਹੀ ਹੈ ਇਸ ਤੋਂ ਬਿਲਕੁਲ ਧਿਆਨ ਹੈ ਕਾਫੀ ਲੰਬੇ ਸਮੇਂ ਤੱਕ ਨਾਚ ਚਲਾਇਆ ਮੈਂ ਮਾਫੀ ਚਾਹੂੰਗਾ ਕਿ ਭਾਈ ਸ਼ਾਲੂ ਕੁਸ਼ਤੀ ਨਹੀਂ ਲੜੇ ਕੱਲ੍ਹ ਕੁਝ ਕੋਈ ਲੰਬੀ ਪ੍ਰੋਬਲਮ ਹੋ ਗਈ ਉਹ ਬਾਤ ਅੱਛੀ ਨਹੀਂ ਹੈ ਸ਼ਾਲੂ ਬਾਬਾ ਮੇਹਰ ਕੇ ਤੰਦਰੁਸਤੀ ਦੇਵੇ ਪਰ ਮੈਂ ਹਜੇ ਵੀ ਨਹੀਂ ਕਹਿੰਦਾ ਕੁਸ਼ਤੀ ਲੜ ਮੈਂ ਇਹੀ ਕਹਿੰਦਾ ਉਹ ਬਾਈ ਦੱਸੋ ਕਿਹੜੇ ਕਿਹੜੇ ਕਹਿੰਦੇ ਵੀ ਸ਼ਾਲੂ ਕੁਸ਼ਤੀ ਲੜੇ ਓਕੇ ਮਾਰ ਲਓ ਤਾੜੀ ਹੱਥ ਖੜਾ ਕਰ ਦਿੱਤਾ ਪਟਾਕੇ ਦੇ ਪੈਣਗੇ ਪਟਾਕੇ ਦੇ ਪੈਣਗੇ ਆਓ ਬੜਾ ਸਵਾਦ ਤੇਰੇ ਨਾਲ ਬਿਰਲਾ ਵੇਖਣ ਦਾ ਕਹਿੰਦਾ ਬਾਈ ਦੇ ਕੀ ਲਲਕਾਰੇ ਹੋ ਗਿਆ ਕੀ ਮਿੱਤਰਾ ਵਾਹ ਜੀ ਵਾਹ ਕਹਿੰਦੇ ਸਾਹਮਣੇ ਮੋਟਰਸਾਈਕਲ ਦਾ ਜੇਤੂ ਸੋਨੂ ਆ ਸਰਸੇ ਵਾਲਾ ਹੁਣ ਤੇ ਮੈਨੂੰ ਲੱਗਦਾ ਵਿਜੇ ਪਹਿਲਵਾਨ ਜੀ ਠੰਡ ਨੇ ਥੋੜਾ ਜਿਹਾ ਜ਼ੋਰ ਫੜਨਾ ਹੈ ਸ਼ਾਮ ਸੁਹਾਵੀ ਹੋਈ ਹੈ ਮਹਿਕਮ ਤੋਂ ਵਿਜੇ ਪਹਿਲਵਾਨ ਗੰਗਾ ਨਗਰ ਮੈਂ ਇਹ ਕਹਿਣਾ ਚਾਹੁੰਦਾ ਬਈ ਸਾਨੂੰ ਪਹਿਲਵਾਨ ਦੇ ਸੱਟ ਵੱਜੀ ਹੈ ਕੋਈ ਗੱਲ ਨਹੀਂ ਲੇਕਿਨ ਜਬਰਾ ਪਹਿਲਵਾਨ ਨੇ ਇੱਥੇ ਚੈਲੰਜ ਕੀਤਾ ਹੈ ਅਤੇ ਉਹ ਲੜਨਾ ਚਾਹੀਦਾ ਉਹਨੂੰ ਅਤੇ ਉਹ ਲੜੇਗਾ ਅਤੇ ਬੁਲੰਦੀ ਹਾਰ ਜੇ ਕਿਆ ਬਾਤ ਆ ਬਾਈ ਯਾਰ ਤਾੜੀਆਂ ਮਾਰ ਦਿਓ ਲੜਨਾ ਤਾਂ ਜ਼ਰੂਰੀ ਹੈ 21,000 ਰੁਪਇਆ ਗੌਰਵ ਪਹਿਲਵਾਨ ਦੀ ਤਰਫੋਂ ਜੇ ਸ਼ਾਲੂ ਜੇਤੂ ਰਹਿੰਦਾ ਤਾਂ ਇੱਧਰ ਸੋਨੂੰ ਸਰਸਾ ਤੇ ਰਣਜੀਤ ਰੀਲਾ ਮੱਕਾ ਸਰਦਾ ਸੁੱਖਾ ਦੇ ਬਲਜੀਤ ਡੇਰਾ ਬਾਬਾ ਨਾਨਕ ਚਾਰੀ ਫੜਨਗੇ ਇੱਕੋ ਹੀ ਹੈ ਇਹ ਕਿਸਮਤ ਦੀ ਗੱਲ ਹੈ ਦੋਸਤਾ ਹੋਰ ਵੀ ਤਾਂ ਛੋਟਾ ਵੀਰ ਹੈ ਇਹ ਮੋਰ ਲੱਗੀ ਤੇਰੀ ਹੈ ਤੇ ਫਿਰ ਆ ਫੜ ਕੁਛ ਅਸੀਂ ਹੋਰ ਮੰਗਾ ਲੈਂਦੇ ਹਾਂ ਬੱਲੇ 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 ਸੋਨੂੰ ਸਰਸਾ ਸੋਨੂੰ ਸਰਸਾ ਉਹ ਮਾਰਦਾ ਤੋੜੀਆਂ ਕੁਸ਼ਤੀ ਹੋ ਗਈ ਆ ਬਾਈ ਆ ਸੋਨੂੰ ਸਰਸਾ ਜਿੱਤ ਗਿਆ ਇਹਨੇ ਮੋਟਰਸਾਈਕਲ ਜਿੱਤਿਆ ਸੀ ਬਾਈ